ਇਹ ਭਾਜੀ ਕੁਮਾਰ ਹਸਪੀਟਲ ਆ ਆਪਾਂ ਜ਼ਿਆਦਾ ਤੇ ਜਾਣਦੇ ਨਹੀਂ ਆ ਇੱਥੋਂ ਮੈਡੀਸਿਨ ਲੈਣ ਆਉਂਦੇ ਸਾਡੇ ਘਰ ਦੇ ਮੈਂ ਉਹ ਮੈਡੀਕਲ ਅਫਸਰ ਉਹਨੂੰ ਐਜ਼ ਏ ਮੈਡੀਕਲ ਅਫਸਰ 1 ਜਨਵਰੀ ਤੋਂ ਰੱਖਿਆ ਜੀ 1 ਮਹੀਨਾ ਪਹਿਲਾਂ ਰੱਖਿਆ ਬਿਹੋਸ਼ੀ ਦੀ ਹਾਲਤ ਦੇ ਵਿੱਚ ਸੋਚਿਆ ਕਿ ਬਿਹੋਸ਼ ਵਾ ਤੇ ਆਪਾਂ ਨੇ ਸਾਨੂੰ ਕੌਣ ਵੇਖਣ ਦਿਆ ਵਾ ਜਿਸ ਤਰ੍ਹਾਂ ਉਹ ਬਾਕੀ ਲੇਡੀਜ਼ ਨਾਲ ਕਦੀ ਕੱਪੜਾ ਚੁੱਕ ਕੇ ਪ੍ਰਾਈਵੇਟ ਪਾਰਟ ਦੇ ਉੱਤੇ ਹੱਥ ਲਾਂਦਾ ਰਿਹਾ ਮੈਂ ਕਿਹਾ ਡਾਕਟਰ ਆ ਡਿਗਰੀ ਹੋਲਡਰ ਆ ਤੇ ਨੀਅਤ ਤੁਸੀਂ ਡਿਗਰੀਆਂ ਕਾਹਦੀ ਦਵਾਈਆਂ ਦੇ ਡਾਕਟਰ ਧੀਆਂ ਭੈਣਾਂ ਨੂੰ ਤੇ ਤੰਗ ਕਰਨ ਲਈ ਇਹਨੇ ਪੇਸ਼ੈਂਟ ਡਾਕਟਰ ਜਿਹੜਾ ਇਹਨਾਂ ਦਾ ਵਾ ਗੌਰਵ ਅਰੋੜਾ ਨਾਈਟ ਦੇ ਉੱਤੇ ਉਹ ਇਹਨਾਂ ਦਾ ਸਾਰਾ ਹਸਪੀਟਲ ਪਲੇ ਕਰਦਾ ਵਾ ਮੇਰੇ ਕੋਲ 4 ਦਿਨ ਬਾਅਦ ਆਇਆ ਮੈਨੂੰ ਆ ਕੇ ਉਹਨੇ ਇਹ ਕਿਹਾ ਕਿ ਸਾਡੀ ਸੁਲਾ ਸਫਾਈ ਹੋ ਗਈ ਹੋਈ ਆ ਜਿਹਦੇ ਵਿੱਚ ਸਾਡੀ ਕੁੜੀ ਸੁਸਾਈਡ ਕਰਦਿਆ ਕਰਦਿਆ ਬਚੀ ਆ ਤੁਸੀਂ ਇੱਕ ਲੇਡੀਜ਼ ਜੇ ਇਨਸਾਨੀਅਤ ਤੌਰ ਤੇ ਤੁਸੀਂ ਇਹ ਜਾਇਜ਼ ਹੈ ਜੇਕਰ ਇਹ ਸੱਚਾ ਵਾ ਤੇ ਜਾਇਜ਼ ਹੈ ਫਿਰ ਨਹੀਂ ਫਿਰ ਤਾਂ ਬਿਲਕੁਲ ਜਾਇਜ਼ ਨਹੀਂ ਪਰ ਆਪਾਂ ਨੂੰ 8 ਸਾਲ ਹੋ ਗਏ ਡਾਕਟਰ ਗੌਰਵ ਨਹੀਂ ਲਈ ਦੋਸਤੋ ਇਸ ਵਕਤ ਅਸੀਂ ਇੱਕ ਨਰਸਿੰਗ ਹੋਮ ਦੇ ਬਾਹਰ ਮੌਜੂਦ ਹਾਂ ਜਿੱਥੇ ਕੁਝ ਨੌਜਵਾਨ ਪਹੁੰਚੇ ਨੇ ਇੱਕ ਡਾਕਟਰ ਦੇ ਨਾਲ ਬਹਿਸਬਾਜ਼ੀ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਨੌਜਵਾਨਾਂ ਵੱਲੋਂ ਕਿ ਸਾਡੀ ਲੇਡੀਜ਼ ਕੋਈ ਹੈਗੀ ਸੀ ਜਿਹਦੇ ਨਾਲ ਡਾਕਟਰ ਵੱਲੋਂ ਛੇੜਖਾਨੀ ਕੀਤੀ ਗਈ ਹੈ ਤਾਂ ਅਸਲ ਮਾਮਲਾ ਕੀ ਆ ਅਸੀਂ ਅੰਦਰ ਚੱਲਦੇ ਹਾਂ ਗੱਲਬਾਤ ਸਾਂਝੀ ਕਰਦੇ ਹਾਂ ਕਿਉਂਕਿ ਇੱਕ ਵੱਡਾ ਮਸਲਾ ਜ਼ਰੂਰ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਭਾਈ ਸਾਹਿਬ ਕੀ ਹੋਇਆ ਇੱਥੇ ਬੋਲ ਬਲਾੜਾ ਕਰਦੇ ਪਏ ਹੋਇਆ ਕੀ ਹੈ ਇਹ ਭਾਈ ਕੁਮਾਰ ਹਸਪੀਟਲ ਆ ਆਪਾਂ ਜ਼ਿਆਦਾ ਤੇ ਜਾਣਦੇ ਨਹੀਂ ਆ ਇੱਥੋਂ ਮੈਡੀਸਿਨ ਲੈਣ ਆਉਂਦੇ ਸਾਡੇ ਘਰ ਦੇ ਜੀ ਸਾਡੇ ਸਿਸਟਰ ਵਾ ਠੀਕ ਆ ਤੇ ਮੇਰੇ ਬ੍ਰਦਰ ਵਾ ਉਹਨਾਂ ਦੇ ਭਾਬੀ ਜੀ ਆ ਵਾਈਫ ਆ ਮੇਰੇ ਭਾਬੀ ਜੀ ਵੀ ਲਾਜਦੇ ਤੇ ਵੱਡੇ ਆ ਤੇ ਆਪਾਂ ਸਿਸਟਰ ਵੀ ਕਹਿੰਦੇ ਆ ਘਰ ਵਿੱਚ ਇਹਨੇ ਪੇਸ਼ੈਂਟ ਡਾਕਟਰ ਜਿਹੜਾ ਇਹਨਾਂ ਦਾ ਵਾ ਗੌਰਵ ਅਰੋੜਾ ਨਾਈਟ ਦੇ ਉੱਤੇ ਉਹ ਇਹਨਾਂ ਦਾ ਸਾਰਾ ਹਸਪੀਟਲ ਪਲੇ ਕਰਦਾ ਵਾ ਇੰਚਾਰਜ ਵਾ ਚਲਾਉਂਦਾ ਵਾ ਜਿਹਦੇ ਦੌਰਾਨ ਉਹਨੇ ਸੋਚਿਆ ਕਿ ਉਹ ਪੇਸ਼ੈਂਟ ਬੇਹੋਸ਼ ਹੈਗਾ ਵਾ ਉਹਨੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੋਚਿਆ ਕਿ ਬੇਹੋਸ਼ ਵਾ ਤੇ ਆਪਾਂ ਨੇ ਸਾਨੂੰ ਕੌਣ ਵੇਖਣ ਦਿਆ ਵਾ ਜਿਸ ਤਰ੍ਹਾਂ ਉਹ ਬਾਕੀ ਲੇਡੀਜ਼ ਨਾਲ ਕਦੀ ਕੱਪੜਾ ਚੁੱਕ ਕੇ ਪ੍ਰਾਈਵੇਟ ਪਾਰਟ ਦੇ ਉੱਤੇ ਹੱਥ ਲਾਉਂਦਾ ਰਿਹਾ ਟੱਚ ਕਰਦਾ ਰਿਹਾ ਜਿਹਦੇ ਵਿੱਚ ਸਾਡੀ ਕੁੜੀ ਸੁਸਾਈਡ ਕਰਦਿਆ ਕਰਦਿਆ ਬਚੀ ਆ ਅੱਜ ਤੀਜਾ ਚੌਥਾ ਦਿਨ ਵਾ ਇੱਕ ਮਿੰਟ ਮੈਂ ਗੱਲਬਾਤ ਹੋਰ ਵੀ ਸਾਂਝੀ ਕਰਾਂਗਾ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਜਗ੍ਹਾ ਦੇ ਉੱਤੇ ਇੱਥੇ ਹੈਗੇ ਸੀ ਕਿਹੜੀ ਜਗ੍ਹਾ ਦੇ ਉੱਤੇ ਇਹ ਇਸੇ ਕਮਰੇ ਦੇ ਵਿੱਚ ਸੀ ਕੀ ਗੱਲ ਸੀ ਉਹ ਪਿਛਲੇ ਕਮਰੇ 'ਚ ਗਏ ਕਰਾਉਣ ਚੈੱਕ ਹਾਂਜੀ ਹਾਂਜੀ ਉੱਥੇ ਟੈਸਟ ਕਰਾਉਣ ਗਏ ਸੀ ਟੈਸਟ ਕਰਾਉਣ ਗਏ ਤਾਂ ਭਾਜੀ ਤੁਸੀਂ ਕੀ ਲੱਗਦੇ ਮੈਂ ਤੇ ਬ੍ਰਦਰ ਇਨ ਲਾਅ ਜੀ ਮੇਰਾ ਬ੍ਰਦਰ ਇਨ ਲਾਅ ਹੈ ਜਿੰਨਾਂ ਦੀ ਵਾਈਫ ਨਾਲ ਇਹ ਕੰਮ ਹੋਇਆ ਹਾਂਜੀ ਤੇ ਉਹ ਆਇਆ ਸੀ ਮੈਡੀਸਨ ਲੈਣ ਤੇ ਇਹਨਾਂ ਨੇ ਸਮਝਿਆ ਕਿ ਉਹ ਪੇਸ਼ੈਂਟ ਬੇਹੋਸ਼ ਹੈ ਜੀ ਪਰ ਇਹਨਾਂ ਨੇ ਜਿਹੜੇ ਡਾਕਟਰ ਨੇ ਜਿਹੜੇ ਹੈਗੇ ਉਹਨਾਂ ਨੇ ਬਹੁਤ ਜ਼ਿਆਦਾ ਗਲਤ ਹਰਕਤ ਕੀਤੀ ਹੈ ਐਕਸਪਲੇਨ ਕਰਨੀ ਪੈਂਦੀ ਹੈ ਤੁਹਾਡੀ ਜਿਹੜੀ ਕੀਤੀ ਹੈ ਜੀ ਆਪਾਂ 181 ਦੇ ਵੀ ਲਿਖਾਈ ਆ ਤੇ ਆਪਣੇ ਥਾਣੇ ਵੀ ਦਿੱਤੀ ਹੋਈ ਦਰਖਾਸਤ ਦਿੱਤੀ ਹੋਈ ਹੈ ਜੀ ਪਰ ਅੱਜ 4 ਦਿਨ ਹੋ ਗਏ ਕਿ ਨਾ ਪੁਲਿਸ ਨੇ ਕੋਈ ਕਾਰਵਾਈ ਕੀਤੀ ਆ ਤੇ ਨਾ ਇਸੇ ਕਰਕੇ ਅਸੀਂ ਅੱਜ ਆਏ ਡਾਕਟਰ ਸਾਹਿਬ ਨੂੰ ਮਿਲਣ ਵਾਸਤੇ ਵੀ ਸਾਡਾ ਸਾਹਮਣੇ ਮੱਥੇ ਤੇ ਲੱਗੇ ਕਿਹੜਾ ਬੰਦਾ ਕਿਹੜਾ ਹੈਗਾ ਇਹ ਉਹਨਾਂ ਨੇ ਡਾਕਟਰ ਨੂੰ ਭਜਾਤਾ ਆ ਜੀ ਮੇਨ ਡਾਕਟਰ ਕਿਹੜੇ ਨੇ ਤੇ ਉਹਨਾਂ ਨਾਲ ਗੱਲ ਹੋਈ ਤੁਹਾਡੀ ਮੇਨ ਡਾਕਟਰ ਕਹਿੰਦੇ ਜੀ ਡਾਕਟਰ ਨਹੀਂ ਸਾਡੇ ਕਹਿਣ ਤੇ ਆ ਰਿਹਾ ਜੀ ਹੁਣ डॉक्टर साहब इतने मौजूद ने उन्होंने भी गलबात जरूर साझी करते हैं फिलहाल देख सकते जो कि परिवार गुस्से दे विच है तां शांत करना बहुत जरूरी है जेकर इस तरह की घटना डॉक्टर के क्लीनिक ते पा डॉक्टर साहब अपने बारे थोड़ी जानकारी मैं डॉक्टर कुमार हाँ अच्छा, मैं सीट से जानकारी दो है की है क्लीनिक आके बोल रहा हूँ मैं इतों का मालिक हाँ मैं वो मैडिकल अफसर उन्होंने एज ए मैडिकल अफसर 1 जनवरी तो रखे 1 महीना पहला रखिया और रात को 9 बजे तो लैके सवेरे 8 बजे तक होंगे बंदे चैक नहीं करते इस तरह के बंदे रख लें जे कि इस तरह कोई पेशेंट आता तो सारे चैक किए हैं केयर डॉक्टर है डिग्री होल्डर है जी तुम दसो ਮੈਂ ਕਿਹਾ ਡਾਕਟਰ ਆ ਡਿਗਰੀ ਹੋਲਡਰ ਆ ਤੇ ਨੀਅਤ ਤੁਸੀਂ ਡਿਗਰੀਆਂ ਕਾਹਦੀ ਦਵਾਈਆਂ ਦੇ ਡਾਕਟਰ ਧੀਆਂ ਭੈਣਾਂ ਨੂੰ ਤੇ ਤੰਗ ਕਰਨ ਲਈ ਹਾਂਜੀ ਉਹਨਾਂ ਦੀ ਇੱਜ਼ਤ ਦੇ ਨਾਲ ਖਿਲਵਾੜ ਕਰਨ ਲਈ ਡਿਗਰੀਆਂ ਤੇ ਲੜਕੀਆਂ ਦੇ ਨੀਤ ਮਾੜੀ ਆ ਨਹੀਂ ਨਹੀਂ ਤੁਸੀਂ ਦੇ ਮੱਲੇਦਾਰ ਆ ਤਾਂ ਦੇ ਮੱਲੇਦਾਰ ਪਰ ਇਹਦਾ ਹੱਲ ਕੀ ਅਸੀਂ ਸੋਚਿਆ ਡਿਗਰੀ ਉਹਨੇ ਇਹ ਕੀਤੀ ਹੋਈ ਆ ਵੀ ਕੁੜੀਆਂ ਛੇੜੋ ਲੋਕਾਂ ਬੜੀ ਬੜੀ ਵੱਡੀ ਗੱਲ ਹੈ ਕਿਉਂਕਿ ਤੁਹਾਡੇ ਤੁਸੀਂ ਮਾਲਕ ਜੇ ਵਿਸ਼ਵਾਸ ਹੈ ਤੁਹਾਡੇ ਤੇ ਤਾਂ ਲੋਕ ਆਉਂਦੇ ਰਹੇ ਇੱਥੇ ਤੇ ਇਹ ਰੈਪੂਟੇਸ਼ਨ ਤੁਹਾਡੀ ਖਰਾਬ ਹੁੰਦੀ ਵੀ ਤੁਹਾਡੇ ਕੁਝ ਬੰਦਿਆਂ ਦਾ ਮੇਰੇ ਕੋਲ 4 ਦਿਨ ਬਾਅਦ ਆਇਆ ਮੈਨੂੰ ਆ ਕੇ ਉਹਨੇ ਇਹ ਕਿਹਾ ਕਿ ਸਾਡੀ ਸੁਲਾ ਸਫਾਈ ਹੋ ਗਈ ਹੋਈ ਆ ਕੁਝ ਹੋ ਜਾਂਦਾ ਫੇਰ ਤੁਸੀਂ ਡਿਗਰੀਆਂ
ਸਾਡੇ ਸਾਹਮਣੇ ਇਥੋਂ ਜਿਹੜੇ ਇਥੋਂ ਬਣੇ ਲਿਆ ਉਹਨੂੰ ਬੁਲਾ ਕੇ ਤੁਸੀਂ ਸਾਡੇ ਸਾਹਮਣੇ ਭਜਾਤਾ ਬੰਦਾ ਕੀ ਭਜਾਇਆ ਵਾ ਜੀ ਭਜਾਇਆ ਜੀ ਅਸੀਂ ਆਪਣਾ ਸਰ ਤੁਸੀਂ ਦੱਸੋ 10 ਮਿੰਟ ਪਹਿਲਾਂ ਮੈਂ ਆਪਣੇ ਬ੍ਰਦਰ ਨੂੰ ਭੇਜਿਆ ਕਿ ਜਾ ਕੇ ਪੁੱਛ 5 ਮਿੰਟ ਪਹਿਲਾਂ ਕਿ ਡਾਕਟਰ ਸਾਹਿਬ ਅੰਦਰ ਬੈਠੇ ਆ ਇਹਨਾਂ ਦਾ ਇੰਪਲਾਈ ਕਹਿੰਦਾ ਅੰਦਰ ਬੈਠੇ ਆ ਡਾਕਟਰ ਸਾਹਿਬ ਇਹਨਾਂ ਦਾ ਇੰਪਲਾਈ ਕਹਿੰਦਾ ਡਾਕਟਰ ਸਾਹਿਬ ਅੰਦਰ ਬੈਠੇ ਆ 5 ਮਿੰਟਾਂ ਬਾਅਦ ਆਏ ਇਹ ਵੱਡੇ ਡਾਕਟਰ ਨਾਲ ਇਹਨਾਂ ਦੀ ਮੈਡਮ ਕਹਿੰਦੇ ਜੀ ਡਾਕਟਰ ਸਾਹਿਬ ਹੈਗੇ ਨਹੀਂ ਉਹ ਚਲੇ ਗਏ ਆ 5 ਮਿੰਟ ਬਾਅਦ 5 ਮਿੰਟ ਆਪਾਂ ਪੂਰੇ ਡਾਕਟਰ ਦੇ ਬਾਹਰ ਖੜੇ ਰਹੇ ਹਾਂ ਕਿ ਡਾਕਟਰ ਸਾਹਿਬ ਆਉਣਗੇ 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 ਡਿੱਗਦੇ ਰਹੇ ਹਾਂ ਬਾਹਰ ਕੇ ਬਾਹਰ ਨਹੀਂ ਆਏ ਉਹ ਅੰਦਰ ਆਪਾਂ ਫਿਰ ਅੰਦਰ ਆਏ ਹਾਂ ਤਾਂ ਬਿਲਕੁਲ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਚੁੱਕਿਆ ਪ੍ਰਸ਼ਾਸਨ ਦੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਇਹ ਦੇਖੋ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਇਆ ਮੌਕੇ ਦੇ ਉੱਤੇ ਤਸਵੀਰਾਂ ਦੇਖ ਸਕਦੇ ਹੋ ਕਿਤਨਾ ਕਿਤੇ ਇਹ ਜਿਹੜੀਆਂ ਤਸਵੀਰਾਂ ਨੇ ਉਹ ਸ਼ਰਮਿੰਦਾ ਕਰਦੀਆਂ ਨੇ ਕਿਉਂਕਿ ਡਾਕਟਰ ਜਿਹੜੇ ਨੇ ਉਹਨਾਂ 'ਤੇ ਵਿਸ਼ਵਾਸ ਸਾਰਿਆਂ ਨੂੰ ਤਾਂ ਦੇਖ ਸਕਦੇ ਹੋ ਪੁਲਿਸ ਦੀ ਟੀਮ ਪਹੁੰਚੀ ਆ ਦੇਖਦੇ ਕਿ ਅਗਲਾ ਫੈਸਲਾ ਕੀ ਲਿੱਤਾ ਜਾਂਦਾ ਕਿਉਂਕਿ ਇਸ ਪਰਿਵਾਰ ਵੱਲੋਂ ਪੁਲਿਸ ਨੂੰ ਕੰਪਲੇਂਟ ਪਹਿਲਾਂ ਹੀ ਦਿੱਤੀ ਗਈ ਸੀ ਉਹਨੂੰ ਲੱਗਾ ਕਿ ਮੈਡਮ ਹੋਣੀ ਬੇਹੋਸ਼ ਆ ਜੀ ਠੀਕ ਆ ਉਹਨੇ ਬੈਡ ਟੱਚ ਜਿਹੜਾ ਆਪਣਾ ਗੰਦੇ ਬੰਦੇ ਹੱਥ ਲਾਏ ਸਿਸਟਰ ਦੇ ਮੇਰੇ ਪਤਾ ਟੀ-ਸ਼ਰਟ ਉੱਪਰ ਚੁੱਕਣ ਨੂੰ ਕਿਹਾ ਹਾਂ ਹੋਰ ਚੁੱਕੋ ਫਿਰ ਉਹਨੇ ਗਲਤ ਜਗ੍ਹਾ ਹੱਥ ਲਾਏ ਉਹਨੂੰ ਕਿਤੇ ਹੀ ਕਿ ਇਹਨਾਂ ਨੂੰ ਪਤਾ ਨਹੀਂ ਫਿਰ ਇਹਨਾਂ ਨੂੰ ਹੋਸ਼ ਸਾਰੀ ਹੀ ਇੱਕ ਦਿਨ ਪੂਰਾ ਰੋਂਦੇ ਰਹੇ ਇਹਨਾਂ ਨੇ ਕਿਸੇ ਨੂੰ ਨਹੀਂ ਦੱਸਿਆ ਫਿਰ ਰਾਤੀ ਇਹਨਾਂ ਨੇ ਹਾਰ ਕੇ ਹਸਬੈਂਡ ਬ੍ਰਦਰ ਨੂੰ ਮੇਰੇ ਦੱਸਿਆ ਕਿ ਇਹ ਗੱਲ ਆ ਠੀਕ ਹੈ ਉਹ ਬਾਤ ਹੈ ਫਿਰ ਆਪਾਂ ਅਗਲੇ ਦਿਨ ਜੀ ਦਰਖਾਸਤ ਵੀ ਪਾਈ ਪੁਲਿਸ ਵਾਲਿਆਂ ਨੂੰ ਰਾਮਬਾਗ ਥਾਣੇ ਜੀ ਸਾਡੀ ਕੋਈ ਕਾਰਵਾਈ ਨਹੀਂ ਹੋਈ 3 ਦਿਨ ਹੋ ਗਏ ਅੱਜ ਤੱਕ ਕੋਈ ਕਾਰਵਾਈ ਨਹੀਂ ਅੱਜ ਤੋਂ 10-5 ਮਿੰਟ ਪਹਿਲਾਂ ਹੁਣੇ ਮੈਂ ਆਪਣੇ ਬ੍ਰਦਰ ਨੂੰ ਭੇਜਿਆ ਕਿ ਪੁੱਛੋ ਡਾਕਟਰ ਸਾਹਿਬ ਅੰਦਰ ਬੈਠੇ ਆ ਦਵਾਈ ਲੈਣੀ ਸਿਸਟਰ ਦੀ ਉਹ ਕਹਿੰਦੇ ਜੀ ਬੈਠੇ ਆ ਇਹਨਾਂ ਦਾ ਇੰਪਲਾਈ ਕਹਿੰਦਾ ਉਸ ਤੋਂ ਬਾਅਦ 5 ਮਿੰਟਾਂ ਬਾਅਦ ਆਪਾਂ ਆਏ ਸਾਰੇ ਠੀਕ ਹੈ ਜੀ ਇਹਨਾਂ ਨੇ ਡਾਕਟਰ ਸਾਹਿਬ ਨੂੰ 5 ਮਿੰਟ ਤੋਂ ਪਹਿਲਾਂ ਭਜਾਤਾ ਜੀ ਇੱਥੋਂ ਪਤਾ ਨਹੀਂ ਡਾਕਟਰ ਸਾਹਿਬ ਉੱਥੇ ਉੱਪਰ ਹਨ ਨਹੀਂ ਪਤਾ ਜੀ ਬਸ ਇਹ ਗੱਲ ਤੁਸੀਂ ਹੈਗੇ ਸੀ ਤੁਸੀਂ ਮੌਕੇ ਤੇ ਹੈਗੇ ਸੀ ਉਦੋਂ ਮੈਡਮ ਤੁਸੀਂ ਉਦੋਂ ਹੈਗੇ ਸੀ ਮੌਕੇ ਦੇ ਤੇ ਸਾਰਾ ਸਟਾਫ ਉਸ ਟਾਈਮ ਕੀ ਹੋਇਆ ਦੱਸੋ ਐਡੀ ਵੱਡੀ ਗੱਲ ਹੈ ਕੀ ਹੋਇਆ ਐਜ਼ੀਟਿਵ ਜਿਹੜਾ ਸਟਾਫ ਉਸ ਟਾਈਮ ਨਾਲ ਸੀਗਾ ਨਾ ਆਪਾਂ ਉਹਨਾਂ ਨੂੰ ਬੁਲਾ ਕੇ ਬਿਆਨ ਦੇ ਦਿੰਨੇ ਕਿ ਕਿਹੜਾ ਕਿਹੜਾ ਸਟਾਫ ਇਸ ਟਾਈਮ ਨਾਲ ਸੀ ਜਿਸ ਟਾਈਮ ਪੇਸ਼ੈਂਟ ਤੁਸੀਂ ਨਹੀਂ ਸੀਗੇ ਤੁਸੀਂ ਨਹੀਂ ਸੀਗੇ ਨਹੀਂ ਮੈਂ ਰਿਸੈਪਸ਼ਨਿਸਟ ਹਾਂ ਤੁਸੀਂ ਇਸ ਹਸਪੀਟਲ ਵਿੱਚ ਕੀ ਜੇ ਮੈਂ ਰਿਸੈਪਸ਼ਨਿਸਟ ਹਾਂ ਇਸ ਹਸਪੀਟਲ ਵਿੱਚ ਹਾਂਜੀ ਤਾਂ ਹੁਣ ਕੀ ਮਾਮਲਾ ਇਹਨਾਂ ਨੇ ਮੇਰਾ ਕੰਮ ਹੈਗਾ ਰਿਸੈਪਸ਼ਨ ਤੇ ਤੇ ਪੇਸ਼ੈਂਟ ਨੂੰ ਚੈੱਕ ਕਰਨ ਵਾਸਤੇ ਸਾਡੇ ਦੋ ਸਟਾਫ ਮੌਜੂਦ ਸੀ ਔਰ ਇੱਕ ਮੈਡੀਕਲ ਅਫਸਰ ਸੀ ਔਰ ਇੱਕ ਡਾਕਟਰ ਗੌਰਵ ਸੀ 4 ਬੰਦੇ ਸੀ ਪੇਸ਼ੈਂਟ ਨੂੰ ਤੁਸੀਂ ਇੱਕ ਲੇਡੀਜ਼ ਜੇ ਇਨਸਾਨੀਅਤ ਤੌਰ ਤੇ ਤੁਸੀਂ ਇਹ ਜਾਇਜ਼ ਹੈ ਜੇਕਰ ਇਹ ਸੱਚਾ ਵਾ ਤੇ ਜਾਇਜ਼ ਹੈ ਫਿਰ ਨਹੀਂ ਫਿਰ ਤੇ ਬਿਲਕੁਲ ਜਾਇਜ਼ ਨਹੀਂ ਪਰ ਆਪਾਂ ਨੂੰ 8 ਸਾਲ ਹੋ ਗਏ ਡਾਕਟਰ ਗੌਰਵ ਜਿਹੜੀ ਲੇਡੀਜ਼ ਹੈ ਜਿਹੜੀ ਆਪਣੀ ਬਦਨਾਮੀ ਕਰਾ ਕੇ ਕਹਿ ਦੇਗੀ ਕਿ ਮੇਰੇ ਨਾਲ ਇਸ ਤਰ੍ਹਾਂ ਕੀਤਾ ਸਰ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਨੂੰ 8 ਸਾਲ ਹੋ ਗਏ ਆ ਡਾਕਟਰ ਕਹਿੰਦੇ ਉਹ ਤੇ ਕਹਿੰਦੇ ਮੇਰੇ ਸਾਲ 10 ਕੇ 12 ਦਿਨ ਹੀ ਹੋਏ ਡਾਕਟਰ ਸਾਹਿਬ ਕਹਿੰਦੇ ਜੁਆਇਨ ਕੀਤੇ ਆ ਤੁਸੀਂ ਕਹਿੰਦੇ ਇਹ 7-8 ਸਾਲ ਹੋ ਗਏ ਨਹੀਂ ਡਾਕਟਰ ਗੌਰਵ ਨੇ ਇਹ ਜੁਆਇਨ ਕੀਤੇ ਥੋੜਾ ਟਾਈਮ ਹੋਇਆ ਡਾਕਟਰ ਗੌਰਵ ਨੇ ਕੇਅਰਵੈਲ ਹਸਪੀਟਲ ਕੰਮ ਕੀਤਾ ਡਾਕਟਰ ਗੌਰਵ ਨੇ ਪਲਸ ਹਸਪੀਟਲ ਕਿੰਨੀ ਦੇਰ ਤੋਂ ਜਾਂਦੇ ਸਰ ਮੈਂ 8 ਸਾਲ ਤੋਂ ਉਹਨਾਂ ਨਾਲ ਕੰਮ ਕਰ ਰਹੀ ਹਾਂ 8 ਸਾਲ ਤੋਂ ਕੰਮ ਪੱਕੇ ਤੇ ਨਹੀਂ ਰਹਿੰਦੇ ਪਏ ਇੱਥੇ ਜਿਸ ਤਰ੍ਹਾਂ ਇੱਥੇ ਉਹ ਆਉਂਦੇ ਡਿਊਟੀ ਦਿੰਦੇ ਆ ਉਦੋਂ ਤੁਸੀਂ ਪੱਕੇ ਤੇ ਨਹੀਂ ਰਹਿੰਦੇ ਸਰ ਨੂੰ ਮਹੀਨਾ ਹੋਇਆ ਹਲੇ ਪਰਚੇਸ ਕੀਤਾ ਹੈ ਕਿ ਆਪਾਂ ਨਿਊ ਆਏ ਹਾਂ ਜੀ ਦੱਸੋ ਮਹੀਨਾ ਹੈ 15 ਦਿਨ 10 ਦਿਨ ਜਾਂ ਫਿਰ 8 ਸਾਲ ਟੋਟਲੀ ਮਹੀਨਾ ਸਰ ਤੇ 15 ਦਿਨ ਕਹਿੰਦੇ ਪਏ ਨੇ ਕਿਹੜੇ ਸਰ ਜਿਹੜੇ ਅੰਦਰ ਤੁਹਾਡੇ ਮੇਲ ਮਹੀਨਾ ਹੋਇਆ ਮੈਂ ਤੁਹਾਨੂੰ ਮਹੀਨਾ ਹੋ ਗਿਆ ਮੈਨੂੰ ਇੱਥੇ ਕੰਮ ਸੈਲਰੀਆਂ ਦੇਣੀਆਂ ਜਿਨ੍ਹਾਂ ਨੇ ਸਟਾਫ ਰੱਖਣਾ ਉਹ ਕਹਿੰਦੇ ਵੇ 15 ਦਿਨ ਤੁਸੀਂ ਮਹੀਨਾ ਕਿਸ ਤਰ੍ਹਾਂ ਕਹਿੰਦੇ ਪਏ ਮੈਂ ਮਹੀਨਾ ਹੋ ਗਿਆ ਮੈਨੂੰ ਇੱਥੇ ਆਂਦੇ ਮੈਂ ਝੂਠ ਨਹੀਂ ਬੋਲਾਂਗੀ ਮੈਨੂੰ ਮਹੀਨਾ ਬਿਲਕੁਲ ਇਹ ਭੈਣ ਨੇ ਝੂਠ ਕਾਦੇ ਸੇ ਬੋਲਣਾ ਹੋ ਗਿਆ ਭੈਣ ਜੀ ਉਹਨਾਂ ਨਾਲ ਕੰਮ ਕਰਦੇ ਆ 8 ਸਾਲ ਹੋ ਗਏ ਡਾਕਟਰ ਨਾਲ 8 ਸਾਲ ਹੋ ਗਏ ਓਬਵੀਅਸਲੀ 8 ਸਾਲ ਜੀ ਇੱਥੇ ਉਹਨਾਂ ਨੂੰ ਜਾਣਦੇ ਆ ਹੀ ਕਿ ਜਾਂ ਸਰ ਮੈਂ ਪੁਰਾਣੇ ਹਸਪੀਟਲ ਤੋਂ ਉਹਨਾਂ ਨਾਲ ਕੰਮ ਕਰਦੀ ਆ ਰਹੀ ਤੁਹਾਨੂੰ ਤੁਹਾਡੇ ਹਿਸਾਬ ਨਾਲ ਉਹ ਬੰਦਾ ਦੇਵਤਾ ਵਾ ਸਰ ਦੇਵਤਾ ਨਹੀਂ ਉਹ ਬੰਦਾ ਮੇਰੇ ਨਾਲ ਕਦੀ ਕੁਝ ਗਲਤ ਨਹੀਂ ਹੋਇਆ ਮੈਂ ਕਿਹਾ ਕਿ ਡਾਕਟਰ ਗਲਤ ਕੱਲੇ ਕੱਲੇ ਨਾ ਕਰੇਗਾ ਫੇਰ ਆਪਾਂ ਕੰਪਲੇਂਟ ਕਰਨੀ ਆ ਨਹੀਂ ਮੈਂ ਕਹਿ ਰਹੀ ਕੱਲੇ ਕੱਲੇ ਨਾ ਕਰੇ ਮੈਂ ਕਿਉਂ ਕਮਾ ਇਸ ਤਰ੍ਹਾਂ ਕੱਲੇ ਕੱਲੇ ਫਿਰ ਉਹ ਗੁੱਡ ਪਰਸਨ ਆ ਗੁੱਡ ਪਰਸਨ ਸਰ ਮੇਰੇ ਲਈ ਤਾਂ ਗੁੱਡ ਪਰਸਨ ਹੀ ਹੈ ਉਹਦੀ ਇਸ ਤਰ੍ਹਾਂ ਕੁਝ ਵੀ ਨਹੀਂ ਆ ਉਹ ਇਹਦੀ ਮਤਲਬ ਗਵਾਈ ਮਤਲਬ ਆਪਾਂ ਇੱਕ ਮਿੰਟ ਯਾਰ ਮਤਲਬ ਆਪਾਂ ਸਾਰੇ ਫੁਲਿਸ਼ ਪਰਸਨ ਆ ਅਭੀ ਫੁਲਿਸ਼ ਆ ਸਰਕਾਰ ਪ੍ਰਸ਼ਾਸਨ ਤੁਸੀਂ ਇਕੱਲੇ ਸਹੀ ਜੇ ਮੇਰੇ 8 ਸਾਲ ਦੇ ਐਕਸਪੀਰੀਅੰਸ ਚ ਇਸ ਤਰ੍ਹਾਂ ਦਾ ਕਦੀ ਕੁਝ ਨਹੀਂ ਹੋਇਆ ਤੁਸੀਂ ਫਿਰ ਇੱਕ ਮਿੰਟ ਤੁਸੀਂ ਉਹਨਾਂ ਨੂੰ ਕੈਮਰੇ ਦੇ ਸਾਹਮਣੇ ਆਪਾਂ ਪੁੱਛ ਰਹੇ ਆ ਸਾਡੀ ਤੁਸੀਂ ਭੈਣ ਵਰਗੇ ਜੇ ਤੁਸੀਂ ਉਹਨਾਂ ਨੂੰ ਬੁਲਾ ਸਕਦੇ ਜੇ ਨਾ ਤੁਹਾਡਾ ਬਹੁਤ ਕਲੋਜ਼ ਫਰੈਂਡ ਹੋਣੇ ਫਿਰ ਤੁਸੀਂ ਮੈਨੂੰ ਪੁੱਛ ਰਹੇ ਨਾ ਕਿ ਉਸ ਟਾਈਮ ਪੇਸ਼ੈਂਟ ਦੇ ਨਾਲ ਕੀ ਹੋਇਆ ਮੈਂ ਉਸ ਟਾਈਮ ਦਾ ਸਟਾਫ ਵੀ ਇੱਥੇ ਮੌਜੂਦ ਕਰਦੀ ਕਿ ਪੇਸ਼ੈਂਟ ਦੇ ਨਾਲ ਕਿਸ ਤਰ੍ਹਾਂ ਉਹਨੂੰ ਟ੍ਰੀਟ ਕਰਨਾ ਸੰਤੁਸ਼ਟੀ ਕਰਨਾ ਕਿਉਂਕਿ ਬਹੁਤ ਪੁਰਾਣਾ ਤੁਹਾਡਾ ਇਹ ਕਲੀਨਿਕ ਹੈ ਇਹ ਤੁਹਾਡੀ ਇਹਨਾਂ ਜਿਹੜੇ ਸੰਤੁਸ਼ਟੀ ਕਰਨਾ ਬਹੁਤ ਤੁਹਾਡਾ ਫਰਜ਼ ਵਾ ਇਹਨਾਂ ਦੀ ਹੈ ਜਿਹੜਾ ਮੇਰਾ ਸਟਾਫ ਉਸ ਟਾਈਮ ਪ੍ਰੈਜ਼ੈਂਟ ਸੀਗਾ ਮੈਂ ਉਸ ਤੋਂ ਜ਼ਰੂਰ ਇੱਕ ਮਿੰਟ ਕੰਚਨ ਜੀ ਕੰਚਨ ਜੀ ਮੈਡਮ ਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਕੰਮ ਕਰ
सारे स्टाफ चे चेक करता कि कल्ला चेक करता अच्छा झूठ फड़या गया मैडम जी फिर झूठ ना ना बोलो एक एक यार सारे स्टाफ चे चेक करदे सारे स्टाफ चे नहीं ओबीसी उनां नाल इक एमरजेंसी ओटीपी च कल्ला पर्सन हुंदा ना जिथे शूज भी नहीं आपा पा के जा सकदे हां ओटी ओटी च कल्ले जांदे हैं ना ਉਦੋਂ ਉਹਨਾਂ ਨੇ ਇਹ ਹਰਕਤ ਕੀਤੀ ਹੈ ਤੁਸੀਂ ਜਦੋਂ ਉਸ ਜਗ੍ਹਾ ਤੇ ਹੈਗੇ ਨਹੀਂ ਤੁਸੀਂ ਕਿਤਰਾ ਜ਼ਿੰਮੇਵਾਰੀ ਲੈਣ ਰਹੇ ਹੋ ਉਹਨਾਂ ਦੀ ਮੈਂ ਤੇ ਪੇਸ਼ੈਂਟ ਮੈਂ ਉਹਨਾਂ ਨੂੰ ਦੱਸਿਆ ਮੈਂ ਸਾਫ ਸਾਫ ਕਲੀਅਰ ਤੁਸੀਂ ਕਿਤਰਾ ਕਿ ਤੁਸੀਂ ਕਹਿ ਰਹੇ ਹੋ ਮੈਂ ਸਾਰਾ ਸਟਾਫ ਸਾਥ ਦੀ ਆ ਜਿਨ੍ਹਾਂ ਦੇ ਸਾਹਮਣੇ ਉਹਨੇ ਪੇਸ਼ੈਂਟ ਨੂੰ ਟ੍ਰੀਟ ਕੀਤਾ ਸਰ ਮੈਂ ਦੱਸ ਰਹੀ ਹਾਂ ਉਸ ਟਾਈਮ ਕਿਹੜਾ ਕਿਹੜਾ ਸਟਾਫ ਮੌਜੂਦ ਸੀ ਮੈਂ ਉਸ ਸਟਾਫ ਨੂੰ ਮੌਜੂਦ ਸੀ ਪਰ ਉਹ ਬਾਹਰ ਸੀ ਉੱਥੇ ਨਹੀਂ ਹੈਗਾ ਇਹਨੇ ਸਾਰਿਆਂ ਸਾਹਮਣੇ ਕਰਨਾ ਮੈਂ ਸਟਾਫ ਨੂੰ ਬੁਲਾਉਣੀ ਆ ਮੈਂ ਤੁਹਾਨੂੰ ਇੱਕ ਨਿੱਕੀ ਜੀ ਗੱਲ ਪੁੱਛੀ ਆ ਵੀ ਜਦੋਂ ਇੱਕ ਇਕੱਲੀ ਲੇਡੀਜ਼ ਨੂੰ ਡਾਕਟਰ ਚੈੱਕ ਕਰਦਾ ਵਾ ਜਾਂ ਪ੍ਰੋਬਲਮ ਪੁੱਛਦਾ ਵਾ ਪਰਦੇ ਦੇ ਪਿੱਛੇ ਪਰਸਨਲ ਪੁੱਛਦਾ ਨਾ ਤੇ ਤੁਹਾਨੂੰ ਪਤਾ ਵਾ ਵੀ ਪਰਦੇ ਦੇ ਪਿੱਛੇ ਕੈਮਰੇ ਲਾਏ ਤੁਸੀਂ ਫਿਰ ਕਿਉਂ ਜ਼ਿੰਮੇਵਾਰੀ ਲੈ ਰਹੇ ਤੁਸੀਂ ਸਰ ਮੈਂ ਜ਼ਿੰਮੇਵਾਰੀ ਨਹੀਂ ਨਹੀਂ ਮੈਂ ਕਿਉਂਕਿ ਮੈਂ ਤੁਸੀਂ ਕਹਿ ਰਹੇ ਹੋ ਨਾ ਬੰਦਾ ਬਹੁਤ ਵਧੀਆ ਮੇਰੇ ਨਾਲ ਇਸ ਤਰ੍ਹਾਂ ਹੋਇਆ ਨਹੀਂ ਆ ਤੁਸੀਂ ਗੁੱਡ ਪਰਸਨ ਕਿੱਦਾਂ ਕਹਤਾ ਜੇ ਉਹਲੀ ਜਗ੍ਹਾ ਤੁਹਾਡੀ ਸਿਸਟਰ ਹੁੰਦੀ ਫਿਰ ਉਹ ਗੁੱਡ ਪਰਸਨ ਹੀ ਪਰ ਸਰ ਮੇਰੀ ਗੱਲ ਸੁਣੋ ਨਾ ਅੱਜ ਵੀ ਸਾਡੇ ਤੁਸੀਂ ਅੱਜ ਵੀ ਸਾਡੇ ਤੁਸੀਂ ਸਿਸਟਰ ਹੋ ਪੈਂਦੀ ਗਵਾਹੀ ਨਾ ਦਿਓ ਗਲਤ ਬੰਦੇ ਦੀ ਗੁੱਡ ਪਰਸਨ ਤੁਹਾਡੀ ਸਿਸਟਰ ਹੋਵੇ ਫਿਰ ਤੁਸੀਂ ਫਿਰ ਤੇਰੀ ਹੋਵੇ 8 ਸਾਲ ਹੋ ਗਏ ਆ ਤੁਹਾਨੂੰ ਉਹਦੇ ਨਾਲ ਕੰਮ ਕਰਦੇ ਆ 8 ਸਾਲ ਹੋ ਗਏ ਤੁਹਾਨੂੰ ਉਹ ਬਹੁਤ ਵਧੀਆ ਜਾਣਦੇ ਆ ਤੇ ਤੁਸੀਂ ਉਹਨਾਂ ਨੂੰ ਜਾਣਦੇ ਤੁਸੀਂ ਉਹਨਾਂ ਨੂੰ ਫੋਨ ਤੇ ਬੁਲਾ ਸਕਦੇ ਹੋ ਮੈਂ ਕਰਦੀ ਹਾਂ ਫੋਨ ਟ੍ਰਾਈ ਕਰਦੀ ਹਾਂ ਮੈਂ ਇੱਥੇ ਕਰੋ ਨਾ ਸਾਡੇ ਸਾਹਮਣੇ ਕਰੋ ਕਰੋ ਪ੍ਰਸ਼ਾਸਨ ਜੀ ਪੁੱਛੋ ਸਰ ਇਹਨਾਂ ਨੂੰ ਸਟਾਫ ਨੂੰ ਬੁਲਾਉਣੀ ਸੀ ਜਿਹੜਾ ਸਟਾਫ ਉਸ ਟਾਈਮ ਪ੍ਰੈਜ਼ੈਂਟ ਪੁੱਛੋ ਪ੍ਰਸ਼ਾਸਨ ਜੀ ਪੁੱਛੋ ਬੁਲਾਓ ਉਹਨਾਂ ਨੂੰ ਕਹੋ ਬੁਲਾਓ ਉਹਨਾਂ ਨੂੰ ਜ਼ਿੰਮੇਵਾਰੀ ਨਹੀਂ ਲਈ ਦੀ ਹੁੰਦੀ 8 ਸਾਲਾਂ ਦਾ ਤੁਸੀਂ ਜਾਣਦੇ ਤੁਹਾਨੂੰ ਘਰ ਦਾ ਵੀ ਨਹੀਂ ਪਤਾ ਹੁੰਦਾ ਜੀ ਸਭ ਕੁਝ ਪਤਾ ਭਾਜੀ ਤੁਹਾਨੂੰ ਨਾ ਜ਼ਿੰਮੇਵਾਰੀ ਨਹੀਂ ਪੈਂਦੀ ਲਈ ਦੀ ਹੁੰਦੀ ਫਾਲਤੂ ਬੰਦੇ ਦੀ ਅਰੇ ਬਾਹਰ ਆਉਂਦੇ ਸਟਾਫ ਆ ਸਪੀਕਰ ਆਨ ਕਰੋ ਮੈਡਮ ਜੀ ਇੱਧਰ ਆਓ ਹੈਲੋ मैं जी हुणे आ जमीर जा गया ਜਿਹੜਾ ਬੰਦਾ ਗਲਤ ਮੇਰੀ ਗੱਲ ਸੁਣ ਮੇਰੇ ਇਹ ਪਿਛਲੇ ਸਾਲ 20 22 ਸਾਲਾਂ ਤੋਂ ਮੇਰੇ ਪੇਸ਼ੈਂਟ ਹੈਗੇ ਮੇਰੇ ਘਰ ਵਾਲੀ ਗੱਲ ਮੇਰੇ ਕੋਲ ਦਾਖਲ ਹੁੰਦੇ ਆ ਯਾਰ ਫਿਰ ਉਹਨਾਂ ਨੇ ਬਹੁਤ ਵਧੀਆ ਕਰ ਦਿੱਤੀ ਤੁਹਾਡੇ ਡਾਕਟਰ ਤੇ ਮੈਨੂੰ ਤੇ ਰਾਤ ਨੂੰ ਮੈਂ ਤੁਸੀਂ ਸੀਨੀਅਰ ਹੋ ਇੱਕ ਸੈਕਿੰਡ ਮੈਂ ਤੁਸੀਂ ਹਾਜ਼ਰ ਪਰ ਨਾ ਉਹ ਸੀਨੀਅਰ ਹੋ ਨਾ ਤੁਸੀਂ ਉਹਨੂੰ ਬੁਲਾ ਦੇ ਸਕਦੇ ਹੋ ਨਾ ਪੁਲਿਸ ਦੇ ਸਾਹਮਣੇ ਖੜੀ ਆ ਤੁਸੀਂ ਉਹਨਾਂ ਨੂੰ ਬੁਲਾ ਲਓ ਭਾਜੀ ਟਾਈਮ ਲੈ ਦਿਓ ਦੱਸੋ ਕਿੰਨੇ ਵਜੇ ਪੇਸ਼ ਕਰੋ ਸਵੇਰੇ 11 ਵਜੇ ਤਾਂ ਠੀਕ ਹੈ ਸਵੇਰੇ 11 ਵਜੇ ਹਲੋ ਧੰਨ ਭਾਜੀ लड़की ने छेड़छाड़ की डॉक्टर ने डॉक्टर ਫਿਰ ਜੋ ਵੀ ਕਾਨੂੰਨ ਸਾਲ ਲੜਕੀ ਦੇ ਬਿਆਨ ਜੋ ਕਾਨੂੰਨ ਸਾਲ ਕਪੜ ਦੀ ਕਾਰ ਵੀ ਕਰਾਂਗੇ ਜੀ ਅੱਛਾ ਸਰ ਜਦੋਂ ਮਾਹੌਲ ਇਸ ਤਰ੍ਹਾਂ ਦਾ ਗਰਮਾਇਆ ਉਦੋਂ ਅਸੀਂ ਆਏ ਆ 4 ਦਿਨ ਤੋਂ ਕੰਪਲੇਂਟ ਦਿੱਤੀ ਹੋਈ ਆ ਤੇ ਆਪਾਂ ਫਿਰ ਕਿਉਂ ਨਹੀਂ ਆਏ ਪਹਿਲੇ ਕਿਉਂ ਨਹੀਂ ਕੋਸ਼ਿਸ਼ ਕੀਤੀ ਅਸੀਂ
ਪਹਿਲੋਂ ਇੰਚਾਰਜ ਸਾਹਿਬ ਆਏ ਉਹਨਾਂ ਨੂੰ ਪਤਾ ਵੀ ਇਸ ਸੰਬੰਧੀ ਮੈਨੂੰ ਇਹਦੇ ਬਾਰੇ ਪਤਾ ਨਹੀਂ ਉਹਨਾਂ ਨੇ ਦਰਖਾਸਤ ਦਿੱਤੀ ਉਹਨਾਂ ਅੱਛਾ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਮਾਹੌਲ ਉਹਦਾ ਹੀ ਖਰਾਬ ਹੁੰਦਾ ਜਦੋਂ ਆਪਾਂ ਨਹੀਂ ਪਹੁੰਚਦੇ ਜੇ ਪਹੁੰਚ ਜਾਂਦੇ ਤੇ ਇੱਥੋਂ ਇਹਨਾਂ ਨੌਜਵਾਨਾਂ ਨੇ ਇੱਥੇ ਪਹੁੰਚਣਾ ਹੀ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਜੀ ਚਾਰ ਦਿਨ ਤੋਂ ਕਹਿੰਦੇ ਪਏ ਕੰਪਲੇਂਟ ਦਿੱਤੀ ਤੁਹਾਨੂੰ ਦੱਸਣਾ ਕਾਨੂੰਨ ਸਾਰ ਕਾਰਵਾਈ ਕਰਦਾ ਸਿਰੇ ਤੋਂ 10 ਵਜੇ ਨਾਲ 11 ਵਜੇ ਦਾ ਜੋ ਵੀ ਬਣਦੀ ਕਾਰਵਾਈ ਕਰ ਦਾਂਗੇ ਇਹਨਾਂ ਵੱਲੋਂ ਇਲਜ਼ਾਮ ਇਹਨਾਂ ਦੀ ਲੜਕੀ ਦੇ ਨਾਲ ਕੀਤਾ ਵਾ ਜਾਂ ਕੀ ਗਲਤ ਇਹਨਾਂ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਥੋੜਾ ਜਿਹਾ ਪਹਿਲਾਂ ਆਇਆ ਮੈਨੂੰ ਸਮਝ ਲੱਗ ਗਈ ਤੁਹਾਡੇ ਤੋਂ ਬਾਅਦ ਆ ਕੇ ਤੁਹਾਨੂੰ ਨਹੀਂ ਪਤਾ ਲੱਗਾ 5 ਮਿੰਟ ਪਹਿਲਾਂ ਇਹੋ ਕੋਈ ਲੜਕੀ ਦੀ ਗੱਲ ਹੋਈ ਆ ਡਾਕਟਰ ਸਾਹਿਬ ਗੌਰਵ ਕੁਮਾਰ ਨੂੰ ਇਲਜ਼ਾਮ ਲੱਗ ਰਿਹਾ ਜੋ ਗੌਰਵ ਨੂੰ ਫੋਨ ਕੀਤਾ ਤੁਸੀਂ ਨਹੀਂ ਮੈਂ ਨਹੀਂ ਕੀਤਾ ਮੈਂ ਤਾਂ ਤੁਹਾਡੇ ਆਵੇ ਤੁਹਾਡੇ ਸਾਹਮਣੇ 11 ਵਜੇ ਹੋਣੇ ਨੇ ਅੱਛਾ ਫੋਨ ਚੱਕਦੇ ਨਹੀਂ ਪਏ ਹੋਈ ਸੁਣੋ ਮੇਰੀ ਗੱਲ ਤੁਸੀਂ ਸਤਿਕਾਰਯੋਗ ਜੇ ਤੁਹਾਡਾ ਜੇ ਇੱਕ ਬੰਦਾ ਗਲਤ ਹੈ ਤਾਂ ਉਹਦੇ ਨਾਲ ਤੁਹਾਡੇ ਕਲੀਨਿਕ ਦੀ ਬਦਨਾਮੀ ਹੁੰਦੀ ਹੈ ਹਨਾ ਇੱਕ ਵਾਰੀ ਫੇਰ ਕਰ ਦਿਓ ਸਪੀਕਰ ਔਨ ਕਰਕੇ ਨਹੀਂ ਪਰ ਜੇ ਝੂਠਾ ਤੇ ਮੈਂ ਆਪਣੇ ਉਸਤਾਦ ਦਾ ਨੁਕਸਾਨ ਨਹੀਂ ਕਰਾਉਂਗਾ ਨਾ 11 ਵਜੇ ਦਾ ਟਾਈਮ ਦਿੱਤਾ ਮੈਂ ਕੋਈ ਗੱਲ ਉਹ ਫੋਨ ਕਰਦੇ ਸਾਰ ਉਸਤਾਦ ਆਪਣੇ ਮੈਂ ਕਹਿੰਦਾ ਸੱਚਾ ਫੋਨ ਤੇ ਚੁੱਕੇ ਜੀ ਉਹ ਚੁੱਪ ਰਹੋ ਨਾ ਫੇਰ ਹੀ ਸੁਣੀਦਾ ਕੁਝ ਚੁੱਪ ਰਹੋ ਸਾਰੇ ਨਹੀਂ ਚੁੱਕ ਰਹੇ ਤਾਂ ਬਿਲਕੁਲ ਚੁੱਕਦੇ ਨਹੀਂ ਪਏ ਫੋਨ ਵੱਡੀ ਗੱਲ ਹੈ ਕਿ ਇਹ ਤਸਵੀਰਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਅੱਜ ਦੀਆਂ ਸ਼ਰਮਿੰਦਾ ਕਰਦੀਆਂ ਪਏ ਨੇ ਕਿ ਡਾਕਟਰ ਦੇ ਕੋਲ ਇਲਾਜ ਕਰਾਉਣ ਵਾਸਤੇ ਕੋਈ ਆਉਂਦਾ ਹੈ ਤਾਂ ਉਹਦੇ ਨਾਲ ਇਸ ਤਰ੍ਹਾਂ ਦੀ ਹਰਕਤ ਜੇ ਹੋਈ ਆ ਤਾਂ ਪੁਲਿਸ ਹੁਣ ਜਾਂਚ ਕਰੇਗੀ ਕਿ ਆਖਿਰਕਾਰ ਵਾਕਿਆ ਹੀ ਜਿਹੜੀ ਇਸ ਲੇਡੀਜ਼ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਆ ਵਾਕਿਆ ਉਹ ਸੱਚ ਵਾ ਕਿਉਂਕਿ ਸਟਾਫ ਕੁਛ ਹੋਰ ਕਹਿ ਰਿਹਾ ਪਰ ਪਰਿਵਾਰਿਕ ਜਿਹੜਾ ਪੀੜਿਤ ਪਰਿਵਾਰ ਹੈ ਭਾਅ ਜੀ ਕੰਪਲੇਂਟ ਕੀ ਆਈ ਸੀ ਤੁਹਾਡੇ ਕੋਲ ਇਹਦਾ ਹਾਲੇ ਤੱਕ ਫਿਲਹਾਲ ਤਾਂ ਕੋਈ ਆਪਣਾ ਨੂੰ ਕੰਪਲੇਂਟ ਜਿਹੜੀ ਆਈ ਹੈ ਇਹਨਾਂ ਨੇ ਰਾਮਬਾਗ ਕੰਪਲੇਂਟ ਦਿੱਤੀ ਹੈ ਦੋਨੇ ਪਾਰਟੀਆਂ ਰਾਮਬਾਗ ਗਈਆਂ ਐਸਐਸਓ ਸਾਹਿਬ ਨੂੰ ਹੁਣ ਇਸ ਤੋਂ ਬਾਅਦ ਬਾਕੀ ਪਤਾ ਜਾਂਚ ਕਰਕੇ ਸਰ ਮੇਰਾ ਸਵਾਲ ਇੱਕ ਇਹਨਾਂ ਦੇ ਨਾਲ ਵੀ ਸੀ ਤੁਹਾਡੇ ਨਾਲ ਵੀ ਆ 4 ਦਿਨ ਜਿਸ ਤਰ੍ਹਾਂ ਕਹਿ ਰਹੇ ਕੰਪਲੇਂਟ ਦਿੱਤੀ ਨੂੰ ਹੋ ਗਈ ਆ ਲੱਗਦਾ ਕਿ ਜਦੋਂ ਮਾਹੌਲ ਖਰਾਬ ਹੋਣ ਦੇ ਤਿਆਰੀਆਂ ਦੇ ਵਿੱਚ ਹੁੰਦਾ ਉਸ ਤੋਂ ਬਾਅਦ ਪੁਲਿਸ ਪਹੁੰਚਦੀ ਜੇ ਪਹਿਲਾਂ ਹੋਵੇ ਤੇ ਇਹਨਾਂ ਨੂੰ ਇਕੱਠੇ ਆ ਕੇ ਆਉਣ ਦੀ ਲੋੜ ਹੀ ਨਹੀਂ ਸੀ ਪੈਣੀ ਥਾਣੇ ਇਕੱਠੇ ਹੋਏ ਨਾ ਸੀ ਇਹਨਾਂ ਨੇ ਇਹ ਥਾਣੇ ਨਾਲ ਟਾਈਮ ਦਿੱਤਾ ਕੀ ਨਹੀਂ ਪਤਾ ਨਹੀਂ 4 ਦਿਨ ਤੋਂ ਥੋੜਾ ਟਾਈਮ ਮਿਲਦਾ ਪੈਣਾ ਇਹਨਾਂ ਨੂੰ ਇਹਨੂੰ ਬੰਦ ਕਰ ਲਓ ਫਿਰ ਆਪ ਕਰ ਲਾਂਗੇ ਗੱਲ ਗੱਲ ਕਰੋ ਸਾਨੂੰ 4 ਦਿਨ ਪਹਿਲਾਂ ਹੋ ਗਿਆ ਪਰ ਰਾਮਬਾਗ ਥਾਣੇ ਜਿਹੜੇ ਲੇਡੀਜ਼ ਹੈ ਨਾ ਐਸਐਚਓ ਸਾਹਿਬ ਉਹਨਾਂ ਨੂੰ ਕੰਪਲੇਂਟ ਦਿੱਤੀ ਹੋਈ ਹੈ ਸਾਡੀ ਕੋਈ ਨਹੀਂ ਸੁਣਵਾਈ ਹੋਈ 181 ਤੇ ਵੀ ਆਪਾਂ ਦਿੱਤੀ ਲਾਈਵ ਬੋਲ ਰਹੇ ਹਾਂ ਅੱਜ ਅਸੀਂ ਖੁਦ ਡਾਕਟਰ ਨੂੰ ਪੁੱਛਣ ਆਏ ਹਾਂ ਇਹਨਾਂ ਨੇ ਹਸਪੀਟਲ ਵਾਲਿਆਂ ਨੇ 10 ਮਿੰਟ ਪਹਿਲਾਂ ਉਹ ਇੱਥੇ ਸੀ ਪਰਸਨ ਭਜਾ ਦਿੱਤਾ ਵਾ ਜਿਹਦੇ ਕਰਕੇ ਆਪਾਂ ਕੋਈ ਵੀ ਆਪਾਂ ਵੀ ਬੰਦੇ ਆ ਵਧੀਆ ਆਪਾਂ ਕੋਈ ਕਾਨੂੰਨ ਹੱਥ 'ਚ ਨਹੀਂ ਲਿਆ ਤੁਹਾਡੇ ਸਾਹਮਣੇ ਉਹ ਕਹਿ ਰਹੇ ਸਵੇਰੇ 11 ਵਜੇ ਉਹ ਡਾਕਟਰ ਨੂੰ ਇੱਥੇ ਪੇਸ਼ ਕਰਨਗੇ ਜੋ ਉਹਦੇ ਨਾਲ ਬਣਦੀ ਕਾਰਵਾਈ ਹੈ ਸਰਕਾਰੀ ਜੋ ਉਹਨੂੰ ਸਜ਼ਾ ਉਹ ਦਿੱਤੀ ਜਾਵੇ ਸਾਨੂੰ ਇਹੋ ਇਨਸਾਫ ਚਾਹੀਦਾ ਤਾਂ ਬਿਲਕੁਲ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਟਾਈਮ ਦੇ ਦਿੱਤਾ ਹੈ ਜਿਹੜੇ ਜਿਹਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਆ ਇਹਨਾਂ ਪਰਿਵਾਰਕ ਮੈਂਬਰਾਂ ਵੱਲੋਂ ਤਾਂ ਉਹਨੂੰ ਟਾਈਮ ਦੇ ਦਿੱਤਾ ਹੈ ਕਿ ਜਲਦ ਤੋਂ ਜਲਦ ਪਹੁੰਚੋ ਥਾਣੇ ਦੇ ਵਿੱਚ ਜਿੱਥੇ ਤੁਹਾਡੇ ਨਾਲ ਗੱਲਬਾਤ ਕੀਤੀ ਜਾਏਗੀ ਜੇਕਰ ਦੋਸ਼ੀ ਹੋਏਗਾ ਤਾਂ ਸਜ਼ਾ ਦਾ ਹੱਕਦਾਰ ਹੈ ਅਤੇ ਜੇਕਰ ਉਹ ਸਾਬਤ ਕਰ ਸਕਦਾ ਕਿ ਮੈਂ ਕੋਈ ਕਸੂਰ ਨਹੀਂ ਕੀਤਾ ਤਾਂ ਫਿਰ ਪੁਲਿਸ ਦੇਖੇਗੀ ਕਾਰਵਾਈ ਕੀ ਕਰਨੀ ਅਤੇ ਕਿਸ ਤਰ੍ਹਾਂ ਕਰਨੀ ਪਰ ਵੱਡਾ ਸਵਾਲ ਹੈ ਕਿ ਜੇਕਰ ਡਾਕਟਰ ਦੇ ਕੋਲ ਕੋਈ ਮਰੀਜ਼ ਪਹੁੰਚਦਾ ਤਾਂ ਜੇ ਪਹੁੰਚਣ ਤੋਂ ਬਾਅਦ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਉਹ ਸ਼ਰਮਿੰਦਾ ਜ਼ਰੂਰ ਕਰਦੀ ਹੈ ਦੇਖਦੇ ਹਾਂ ਕਿ ਹੁਣ ਪੁਲਿਸ ਵੱਲੋਂ ਕਾਰਵਾਈ ਕੀ ਕੀਤੀ ਜਾਂਦੀ ਕਿਉਂਕਿ 4 ਦਿਨ ਤੋਂ ਕੰਪਲੇਂਟ ਇਸ ਪਰਿਵਾਰ ਨੇ ਜ਼ਰੂਰ ਦਿੱਤੀ ਆ ਕੈਮਰਾਮੈਨ ਸੰਦੀਪ ਦੇ ਨਾਲ ਸੁਖਚੈਨ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ